ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਹਿਮਾਚਲ ਪ੍ਰਦੇਸ਼ ਤੋਂ ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਨਵੇਂ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਨੂੰ ਉਪ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਨਵੇਂ ਮੁੱਖ ਮੰਤਰੀ ਮੁਕੇਸ਼ ਅਗਨੀ ਹੋਦਰੀ ਨੂੰ ਉਪ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਖਤਮ ਹੋ ਗਿਆ ਜੀ ਹਾਈ ਕਮਾਂਡ ਨੇ ਮੁੱਖ ਮੰਤਰੀ ਦਾ ਨਾਂ ਤੈਅ ਕਰ ਲਿਆ ਤੇ ਹਾਈ ਕਮਾਂਡ ਨੇ ਸੁਖਵਿੰਦਰ ਸਿੰਘ ਸੁਖੂ ਨਾਂ ਨੂੰ ਮਨਜ਼ੂਰੀ ਦਿੱਤੀ ਹੈ ਜੀ ਸੁਖਵਿੰਦਰ ਸਿੰਘ ਮੁੱਖ ਮੰਤਰੀ ਬਣੇ ਜਾਣ ਬਾਰੇ ਕਿਹਾ ਹੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਜਾਣ ਦੇ ਸਵਾਲ ਤੇ ਵੱਡਾ ਬਿਆਨ ਦਿੱਤਾ ਗਿਆ ਜੀ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਕਾਂਗਰਸ ਹਾਈ ਕਮਾਂਡ ਨੂੰ ਸੀਐਮ ਦੀ ਚੋਣ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਸ਼ਨੀਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਖਿੱਚੋਤਾਣ ਹੋ ਰਹੀ ਸੀ ਗੁਰੂ ਘਰ ਦੀ ਫੇਰੀ ਦੌਰਾਨ ਸੱਭ ਦੀ ਮਦਦ ਲਈ ਤਿਆਰ ਰਹਿਣ ਵਾਲੀ ਸਿੱਖ ਸੰਗਤ ਤੋਂ ਬਹੁਤ ਪ੍ਰਭਾਵਿਤ ਹੋਏ ਕਿੰਗ ਚਾਰਲਸ ਕਿੰਗ ਚਾਰਲਸ ਤੀਜੇ ਨੇ ਗੁਰੂ ਘਰ ਵਿੱਚ ਸੰਗਤ ਨਾਲ ਬੈਠ ਕੇ ਸਰਵਣ ਕੀਤਾ ਕੀਰਤਨ ਬ੍ਰਿਟੇਨ ਦੇ ਰਾਜਾ ਚਾਰਲਸ ਸੋਮਵਾਰਨ ਇੰਗਲੈਂਡ ਵਿਖੇ ਨਵੇਂ ਬਣੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ ਕਿੰਗ ਚਾਰਲਸ ਦੀ ਗੁਰੂ ਘਰ ਦੇ ਵਿੱਚ ਫੇਰੀ ਨੂੰ ਇਤਿਹਾਸਕ ਅਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਕਿਉਂਕਿ ਪਹਿਲੀ ਵਾਰ ਹੈ ਜਦੋਂ ਕਿਸੇ ਬ੍ਰਿਟਾਨਵੀ ਰਾਜੇ ਨੇ ਪਰਸ਼ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸਰਵਣ ਕੀਤਾ ਹੋਵੇ ਅੰਗਰੇਜ਼ ਰਾਜ ਦਾ ਮੁਖ ਲਾਈਵ ਕੀਰਤਨ ਸੁਣਦਾ ਹੋਇਆ ਅੰਦਰ ਚਲਿਆ ਗਿਆ ਹੋਵੇ ਵੱਡੀ ਖਬਰ ਹੈ ਦੀ SFJ ਨੇ ਅੱਤਵਾਦੀ ਪੰਨੂ ਨੇ ਤਰਨਤਾਰਨ ਚ ਪੁਲਿਸ ਥਾਣੇ ਚ ਹੋਏ ਹਮਲੇ ਦੀ ਲਈ ਜ਼ਿੰਮੇਵਾਰੀ ਕਿਹਾ ਜਲੰਧਰ ਚ ਹੋਈ ਕਾਰਵਾਈ ਦਾ ਲਿਆ ਬਦਲਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਜੀ ਸਰਹਾਲੀ ਥਾਣੇ ਤੇ ਸ਼ੁੱਕਰਵਾਰ ਰਾਤ 1 ਵਜੇ ਦੇ ਕਰੀਬ ਰਾਕਟ ਲਾਂਚਰ ਨਾਲ ਹਮਲਾ ਕੀਤਾ ਗਿਆ ਹਮਲਾ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਚੌਂਕੀ ਦੇ ਸ਼ੀਸ਼ੇ ਟੁੱਟੇ ਦੂਜੇ ਪਾਸੇ ਸੁਰੱਖਿਆ ਏਜੰਸੀਆਂ ਇਸ ਨੂੰ ਅੱਤਵਾਦੀ ਹਮਲਾ ਦੱਸ ਰਹੀਆਂ ਨੇ ਦੂਜੇ ਪਾਸੇ ਅੱਤਵਾਦੀ ਗੁਰਪਤਵੰਤ ਸਿੰਘ ਪਨੂਣ ਇਸ ਦੀ ਜ਼ਿੰਮੇਵਾਰੀ ਲਈਆ ਪੁਲਿਸ ਨੇ ਦੱਸਿਆ ਕਿ ਹਮਲੇ 'ਚ ਇੱਕ ਰਾਕਟ ਪ੍ਰੋਪਲੈਟ ਗ੍ਰਨੇਡ ਦੀ ਵਰਤੋਂ ਕੀਤੀ ਗਈ ਆ ਰਾਤ 11:00 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਇਹ ਕਾਹਨ ਹੋਇਆ ਬਰਤਨ ਤਰਨ ਬਟਿੰਡਾ ਕੌਮੀ ਮਾਰਗ ਤੇ ਸਰਹਾਲੀ ਪੁਲਿਸ ਸਟੇਸ਼ਨ ਦੇ ਨਾਲ ਲੱਗਦੇ ਸਾਂਝ ਕੇਂਦਰ ਤੇ ਰਾਕਟ ਲਾਂਚਰ ਆਰ ਜੀ ਤਮਾਕੇ ਦੀ ਆਵਾਜ਼ ਸੁਣ ਕੇ ਜਦੋਂ ਸਰਹਾਲੀ ਥਾਣੇ ਦੀ ਪੁਲਿਸ ਬਾਹਰ ਆਈ ਤਾਂ ਹਮਲਾਵਰ ਫਰਾਰ ਹੋ ਚੁੱਕੇ ਸਨ ਆਨੇ ਚੂ ਨਾਈਟ ਕਲਰਕ ਡਿਊਟੀ ਅਫਸਰ ਤੇ ਦੋ ਕੌਨਸਟੇਬਲਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਪਸੀ ਸਹਿਮਤੀ ਨਾਲ ਤਲਾਕ ਲੈਣ ਲਈ 1 ਸਾਲ ਦਾ ਇੰਤਜ਼ਾਰ ਗੈਰਸੰਵਿਧਾਨਕ ਕੇਰਲ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਲਾਕ ਐਕਟ 1867 ਦੀ ਧਾਰਾ 10 ਇਹ ਦੇ ਤਹਿਤ ਆਪਸੀ ਸਹਿਮਤੀ ਨਾਲ ਤਲਾਕ ਦੀ ਪਟੀਸ਼ਨ ਦਾਇਰ ਕਰਨ ਲਈ ਇੱਕ ਸਾਲ ਜਾਂ ਇਸ ਤੋਂ ਵੱਧ ਦੀ ਮਿਆਦ ਦੀ ਮਿਆਦ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਤੇ ਗੈਰ ਸੰਵਿਧਾਨਕ ਜਸਟਿਸ ਏ ਮੁਹੰਮਦ ਮੁਸਤਕ ਅਤੇ ਅੰਬਾ ਨੰਮਾ ਇਹ ਪੰਨੇ ਦੇ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵਿਆਹ ਸੰਬੰਧੀ ਝਗੜਿਆਂ ਵਿੱਚ ਪਤੀ ਪਤਨੀ ਦੀ ਸਾਂਝੀ ਪਾਈ ਵਾਲੇ ਨੂੰ ਤਸ਼ਾਹਦ ਕਰਨ ਲਈ ਭਾਰਤ ਵਿੱਚ ਇੱਕ ਸਨਮਾਨ ਮੈਰਿਜ ਕੋਡ ਬਣਾਉਣ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਫਾਰਮਰਸ ਪ੍ਰੋਟੈਸਟ ਲੈ ਕੇ ਜੀ ਟਿਕਰੀ ਬਾਰਡਰ ਤੇ ਕਿਸਾਨਾਂ ਨੇ ਕੀਤਾ ਭਾਰੀ ਇਕੱਠ ਕਰ ਦਿੱਤਾ ਵੱਡਾ ਲਾਂਦੇਸ ਦੀ ਰਾਜਸਥਾਨ ਦੇ ਦਿੱਲੀ ਦੇ ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਇੱਕ ਵਾਰ ਫਿਰ ਨਾਰੇਬਾਜ਼ੀ ਕੀਤੀ ਕਿਸਾਨਾਂ ਨੇ 10 ਦਸੰਬਰ ਨੂੰ ਸ਼ਨੀਵਾਰ ਨੂੰ ਇੱਕ ਵੱਡਾ ਇਕੱਠ ਕੀਤਾ ਤੇ ਟਿਕਰੀ ਬਾਰਡਰ ਤੋਂ ਵੱਡਾ ਐਲਾਨ ਕੀਤਾ ਹੁਣ ਕਿਸਾਨ ਐਮਐਸਪੀ ਲਾਗੂ ਕਰਨ ਤੇ ਮੁਕੰਮਲ ਕਰਦਾ ਮਾਫੀ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵੱਲ ਮਾਰਚ ਕਰਨਗੇ ਕਿਸਾਨਾਂ ਨੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦਰਾਂ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਕਿਸਾਨਾਂ ਨੇ ਇਸ ਵਿਧਾਨ ਸਭਾ ਦਾ ਘਰਾਓ ਕਰਨ ਦੀ ਚਤਾਵਨੀ ਦਿੱਤੀ ਇਹਨਾਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਯੂनाइटेड ਕਿਸਾਨ ਮੋਰਚੇ ਦੀ 24 ਤਰੀਕ ਨੂੰ ਹੋਣ ਵਾਲੀ ਮੀਟਿੰਗ ਵਿੱਚ ਕਿਸਾਨ 26 ਜਨਵਰੀ ਨੂੰ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਰ ਸਕਦੇ ਨੇ ਪੰਜਾਬ ਦੇ ਹਸੈਨੀਵਾਲਾ ਤੋਂ ਸ਼ੁਰੂ ਹੋਈ ਮਸ਼ਾਲ ਯਾਤਰਾ ਨੂੰ ਲੈ ਕੇ ਕਿਸਾਨ ਸ਼ਨੀਵਾਰ ਨੂੰ ਹਰਿਆਣਾ ਦੇ ਬਹਾਦਰਗੜ੍ਹ ਪਹੁੰਚੇ ਕਿਸਾਨ ਪੰਜਾਬ ਦੇ ਕਿਸਾਨ ਹਰਿਆਣਾ ਤੱਕ-ਤੱਕ ਵਕ-ਵਕ ਥਾਵਾਂ ਤੋਂ ਟਰੈਕਟਰ ਟਰਾਲੀਆਂ ਰੇਲ ਗੱਡੀਆਂ ਰਾਹੀਂ ਬਹਾਦਰਗੜ੍ਹ ਪੁੱਜਰੇ ਹਨ ਬਹਾਦਰਗੜ ਦੇ ਪੁਰਾਣੇ ਬੱਸ ਸਟੈਂਡ ਤੋਂ ਪੈਦਲ ਮਾਰਚ ਕੱਢ ਕੇ ਮਸ਼ਾਲ ਯਾਤਰਾ ਟਿੱਕਰੀ ਬਾਰਡਰ ਦੇ ਸਥਾਨ ਤੇ ਪਹੁੰਚੇ ਜਿੱਥੇ ਇੱਕ ਸਾਲ ਪਹਿਲਾਂ ਕਿਸਾਨ ਆਪਣਾ ਅੰਦੋਲਨ ਮੁਲਤਵੀ ਕਰ ਦਿੱਤਾ ਸੀ। ਚੰਡੀਗੜ੍ਹ ਵਿੱਚ ਵਿਧਾਨ ਸਭਾ ਦੇ ਘਰਾਓ ਦੀ ਚੇਤਾਵਨੀ ਦਿੱਤੀ ਗਈ ਹੈ ਕਿਸਾਨ ਆਗੂ ਮਨਦੀਪ ਨਟਵਾਨ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਵਿਧਾਨ ਸਭਾ ਦਾ ਘਰਾਓ ਕਰਨ ਦੀ ਚੇਤਾਵਨੀ ਦੇ ਰਹੇ ਨੇ ਜੇਕਰ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਨੂੰ ਪੂਰਾ ਕਰਨ ਲਈ ਲਾਲ ਕਿਲੇ ਤੱਕ ਵੀ ਜਾਣਾ ਪਿਆ ਤਾਂ ਕਿਸਾਨ ਪਿੱਛੇ ਹਟਣਗੇ ਨਹੀਂ। ਅੰਦੋਲਨ ਤੇਜ਼ ਕਰ ਦਿੱਤਾ ਜਾਵੇਗਾ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਜੇਕਰ ਕਿਸਾਨਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਚ ਯਸ ਜ਼ਰੂਰ ਲਿਖੋ ਨਹੀਂ ਤਾਂ ਨੋ ਲਿਖ ਸਕਦੇ ਹੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵਾਅਦ ਤੋਂ ਬਾਅਦ ਸ਼ੇਅਰ ਕਰਨਾ ਨਾ ਭੁੱਲਿਓ ਵੱਡੀ ਖਬਰਾਂ ਦੀ ਤਰਨ ਤਾਰਨ ਆਰ ਪੀਜੀ ਐਕਟ ਬਾਰੇ ਅਨਮੋਲ ਗਗਨ ਮਾਨ ਨੇ ਦਿੱਤਾ ਵਿਵਾਦਤ ਬਿਆਨ ਨਰਨਤਨ ਦੇ ਸਰਹਾਲੀ ਵਿੱਚ ਕੁਝ ਵਕਤੀਆਂ ਵੱਲੋਂ ਸੂਬਾ ਕੇਂਦਰ ਤੇ ਰਾਕਟ ਲਾਂਚਰਾਂ 'ਈ ਹਮਲਾ ਕੀਤਾ ਗਿਆ ਇਸ ਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨਮਾਨ ਦੇ ਵੱਲੋਂ ਸਿਆਸਤਦਾਨਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਪੰਜਾਬ ਦੇ ਵਿੱਚ ਲਗਾਤਾਰ ਅਮਨ ਕਾਨੂੰਨ ਦੀ ਵਿਵਸਥਾ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਅਨਮੋਲ ਗਗਨਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਸਿਆਸੀ ਪਾਰਟੀ ਦੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਉੱਤੇ ਲੈ ਕੇ ਜਾ ਰਹੀ ਇਸ ਕਰਕੇ ਪਾਰਟੀਆਂ ਪਾਰਟੀ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਨਵੀਂ ਪਾਰਟੀ ਇਮਾਨਦਾਰ ਪਾਰਟੀ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਖਰਾਬ ਹੁੰਦਾ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਲਗਾਤਾਰ ਸਿਆਸਤਦਾਨਾਂ ਦੇ ਵੱਲੋਂ ਇਸ ਤੇ ਨਿਸ਼ਾਨਾ ਵੀ ਸਾਧਿਆ ਜਾ ਰਿਹਾ ਹੈ ਪੁਰਾਣੀਆਂ ਪਾਰਟੀਆਂ ਨਵੀਂ ਪਾਰਟੀ ਨੂੰ ਚੱਲਣ ਨਹੀਂ ਦੇਣਾ ਚਾਹੁੰਦੀਆਂ ਸਰਕਾਰ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਲਗਾਤਾਰ ਚੁੱਕੇ ਜਾ ਰਹੇ ਨੇ 510 ਰੁਪਏ ਚ ਆਨਲਾਈਨ ਸੂਟ ਖਰੀਦ ਕੇ 3 ਲੱਖ ਦੀ ਠੱਗੀ ਮਰਵਾ ਬੈਠੀ ਵਿਦਿਆਰਥਣ ਨੂੰ ਸਾਈਬਰ ਫਰਾਡ ਦਾ ਵੱਡਾ ਮਾਮਲਾ ਹੈ ਆਨਲਾਈਨ ਸ਼ਾਪਿੰਗ ਦੇ ਵਾਅਦੇ ਕਰੇਜ਼ ਦੇ ਨਾਲ ਆਨਲਾਈਨ ਧੋਖਾਧੜੀ ਦੇ ਮਾਮਲੇ ਵਧ ਰਹੇ ਨੇ ਜੀ ਜਾਲ ਸਾਜੀ ਕਰਨ ਦੇ ਨਵੇਂ ਤਰੀਕੇ ਅਪਣਾ ਰਹੇ ਨੇ ਬਿਹਾਰ ਦੇ ਗੋਬਾਲਗੰਜ ਤੋਂ ਜਿਹੜਾ ਮਾਮਲਾ ਸਾਹਮਣੇ ਆਇਆ ਜੀ ਜਿਸ ਨੇ ਪੁਲਿਸ ਨੂੰ ਹੈਰਾਨ ਕਰ ਦਿੱਤਾ ਜੀ 510 ਰੁਪਏ ਚ ਸੂਟ ਖਰੀਦਣ ਵਾਲੀ ਵਿਦਿਆਰਥਣ ਤੋਂ ਸਾਈਬਰ ਅਪਰਾਧੀਆਂ ਨੇ 3 ਲੱਖ ਰੁਪਏ ਦੀ ਠੱਗੀ ਮਾਰੀ ਹੈ ਗ੍ਰੈਜੂਏਟ ਦੀ ਵਿਦਿਆਰਥਣ ਸ਼ਾਕਸ਼ੀ ਕੁਮਾਰੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਈ ਆ ਮੋਬਾਈਲ ਦੇ ਉੱਤੇ ਇੱਕ ਮੈਸੇਜ ਆਇਆ ਅਗਲੇ ਦਿਨ ਉਸਨੇ ਸਾਈਬਰ ਅਪਰਾਧੀਆਂ ਨੇ ਲੱਕੀ ਡਰਾ ਦੇ ਵਿੱਚ ਪਹਿਲਾ ਨਾਮ 12 ਲੱਖ 60000 ਰੁਪਏ ਨਗਦ ਜਾਂ ਟਾਟਾ ਸਫਾਰੀ ਕਾਰ ਜਿੱਤਣ ਦੀ ਜਾਣਕਾਰੀ ਦਿੱਤੀ ਮੀਸ਼ੂ ਐਪ ਕੰਪਨੀ ਦੇ ਅਧਿਕਾਰੀ ਦੱਸਣ ਵਾਲੇ ਸਾਈਬਰ ਅਪਰਾਧੀਆਂ ਨੇ ਕੰਪਨੀ ਦਾ ਆਈਡੀ ਕਾਰਡ ਤੇ ਆਧਾਰ ਕਾਰਡ ਵੀ ਭੇਜ ਦਿੱਤਾ ਵਿਦਿਆਰਥੀਆਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਣ ਦਾ سلسلہ ਸ਼ੁਰੂ ਹੋ ਗਿਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੁਲਿਸ ਥਾਣੇ 'ਚ ਰਾਕਟ ਲਾਂਚਰ ਹਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜੀ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਬਣਾਈ ਰੱਖਾਂਗੇ ਪੰਜਾਬ ਵਿੱਚ ਖਾੜਕੂਆਦ ਦੀ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਲਗਾਤਾਰ ਹੋ ਰੀਆਂ ਕਤਲ ਦੀਆਂ ਘਟਨਾਵਾਂ ਬਾਰੇ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੈਂਗਸਟਰ ਪਿਛਲੇ 7-8 ਮਹੀਨਿਆਂ ਤੋਂ ਬਣੇ ਨਹੀਂ ਸਕੋ ਪਹਿਲਾਂ ਵਾਲੀਆਂ ਪਾਰਟੀਆਂ ਦੇ ਵੱਲੋਂ ਇਹਨਾਂ ਨੂੰ ਪਾਲਿਆ ਗਿਆ ਹੈ ਸੁਖਬੀਰ ਬਾਦਲ ਦੇ ਤਿੱਖਾ ਨਿਸ਼ਾਨਾ ਲਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਜਦੋਂ ਗ੍ਰਹਿ ਮੰਤਰੀ ਸੰਤ ਨਾਭਾ ਜੇਲ ਬ੍ਰੇਕ ਹੋਈ ਸੀ ਤੇ ਗੈਂਗਸਟਰ ਬੱਦੇ ਸਨ ਪਾਰਟੀ ਦੇ ਨੌਜਵਾਨ ਨੇਤਾ ਹੀ ਗੈਂਗਸਟਰ ਹਨ ਵੱਡਾ ਬਿਆਨ ਦਿੰਦੇ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰਾਂ ਨੂੰ ਕੈਪਟਨ ਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਨੇ ਆਪਣੀਆਂ ਪਾਰਟੀਆਂ ਵਿੱਚ ਪਨਾਹ ਦਿੱਤੀ ਹੈ ਪਹਿਲਾਂ ਇਹ ਬੰਦਿਆਂ ਨੂੰ ਦਰਾਤਮ ਘਾ ਕੇ ਕੰਮ ਲੈਂਦੇ ਨੇ ਫਿਰ ਕੰਮ ਕਰਵਾ ਕੇ ਜੇਲ੍ਹਾਂ ਦੇ ਵਿੱਚ ਭੇਜ ਦਿੰਦੇ ਨੇ ਐਸੀ ਯੋਜਨਾ ਰਾਹੀਂ ਕੇਂਦਰ ਸਰਕਾਰ ਸਿੱਧੇ ਮਜ਼ਦੂਰਾਂ ਦੇ ਖਾਤੇ ਪਹੁੰਚਾਉਂਦੀ ਹੈ 28 ਕਰੋੜ ਤੋਂ ਵੱਧ ਲੋਕ ਲੈ ਰਹੇ ਹੈ ਲਾਭ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੁਆਰਾ 2020 ਵਿੱਚ ਈ ਸਰਮ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਇਸ ਵਿੱਚ ਆ ਸੰਗਠਿਤ ਚ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਜਿਸ ਨੂੰ ਈਐਸਆਈਸੀ ਅਤੇ EPF ਦਾ ਲਾਭ ਨਹੀਂ ਮਿਲਿਆ ਇਸ ਵਿੱਚ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਵੱਡੀ ਗੱਲ ਇਹ ਹੈ ਕਿ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ ਈ ਲੇਬਰ ਪੋਰਟ ਰਾਹੀਂ ਅਸੰਗਠਿਤ ਖੇਤਰ ਦੇ ਲੋਕਾਂ ਦਾ ਡਾਟਾ ਤਿਆਰ ਕੀਤਾ ਗਿਆ ਜਿਸ ਰਾਹੀਂ ਕੇਂਦਰ ਸਰਕਾਰ ਲੋਕਾਂ ਨੂੰ ਮਹਾਮਾਰੀ ਤੇ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਭੇਜ ਸਕਦੀ ਸ਼ਰਮ ਪੋਰਟਲ ਤੇ ਰਜਿਸਟ੍ਰੇਸ਼ਨ ਆਧਾਰ ਕਾਰਡ ਰਾਹੀਂ ਕੀਤੀ ਜਾ ਸਕਦੀ ਜਿਸ ਵਿੱਚ ਅਸੰਗਠਿਤ ਖੇਤਰ ਦੇ ਲੋਕਾਂ ਦੇ ਕੰਮ ਨਾਮ ਪਤਾ ਸਿੱਖਿਆ ਹੁਨਰ ਤੇ ਪਰਿਵਾਰ ਬਾਰੇ ਜਾਣਕਾਰੀ ਹੈ ਹੁਣ ਤੱਕ 28.46 ਕਰੋੜ ਲੋਕਾਂ ਨੇ ਆਪਣੇ ਆਪ ਨੂੰ ਰਜਿਸਟਰ ਕਰ ਦਿੱਤਾ ਹੈ ਈ ਸ਼ਰਮ ਕਾਰਡ ਦੇ ਲਈ ਤੁਹਾਡੇ ਕੋਲੇ ਸਿਰਫ ਆਧਾਰ ਕਾਰਡ ਹੋਣਾ ਚਾਹੀਦਾ ਜਿਹੜਾ ਕਿ ਮੋਬਾਈਲ ਨੰਬਰ ਨਾਲ ਲਿੰਕ ਹੋਵੇ ਤੇ ਇੱਕ ਬੈਂਕ ਖਾਤਾ ਹੋਵੇ ਭਾਰਤੀ ਫੌਜ ਮੈਲਾ ਅਧਿਕਾਰੀਆਂ ਨਾਲ ਸਹੀ ਸਲੂਕ ਨਹੀਂ ਕਰ ਰਹੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਭਾਰਤੀ ਫੌਜ ਮੈਲ ਅਧਿਕਾਰੀਆਂ ਨਾਲ ਸਹੀ ਸਲੂਕ ਨਹੀਂ ਕਰ ਰਹੀ ਅਦਾਲਤ ਨੇ ਅੱਗੇ ਕਿਹਾ ਕਿ ਫੌਜ ਨੂੰ ਪਹਿਲਾਂ ਆਪਣੇ ਘਰ ਨੂੰ ਦਰੁਸਤ ਕਰਨਾ ਚਾਹੀਦਾ ਅਦਾਲਤ ਨੇ ਵੀ ਕਿਹਾ ਕਿ ਫੌਜ ਨੇ ਮੈਲ ਅਧਿਕਾਰੀਆਂ ਨਾਲ ਨਿਰਪੱਖ ਨਹੀਂਆ ਜਸਟਿਸ ਚੀਫ ਜਸਟਿਸ ਡੀワイ ਚੰਦਰ ਚੂੜਾ ਤੇ ਜਸਟਿਸ ਪੀਐਸ ਨਰਸਿਮਾ ਦੀ ਬੈਂਚ ਨੇ 34 ਮੈਲ ਫੌਜੀ ਅਫਸਰਾਂ ਦੀ ਉਸ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ ਜਿਨ੍ਹਾਂ ਨੇ ਦੋਸ਼ ਲਾਇਆ ਕਿ ਫੌਜ ਵਿੱਚ ਲੜਾਈ ਅਤੇ ਕਮਾਂਡਿੰਗ ਮਕਾਮਾਂ ਨਿਭਾਉਣ ਲਈ ਯੂਨੀਅਰ ਪੁਰਸ਼ ਅਫਸਰਾਂ ਨੂੰ ਤਰੱਕੀ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਗਮੀਰ ਸਿੰਘ ਬਰਾੜ ਨੂੰ ਅਕਾਲੀ ਦਲ ਤੋਂ ਕੱਢਿਆ ਸਾਬਕਾ ਸੰਸਦ ਮੈਂਬਰ ਜਗਮੀਰ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਗਮੀਰ ਸਿੰਘ ਬਰਾੜ ਦੀ ਮੁੱਢਲੀ ਮੈਂਬਰਸ਼ਿਪ ਨੂੰ ਖਾਰਜ ਕਰ ਦਿੱਤਾ ਗਿਆ 6 ਸਾਲ ਨਹੀਂ ਸਗੋਂ ਪੱਕੇ ਤੌਰ ਤੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਜਿੱਥੇ ਉਹਨਾਂ ਨੇ ਪੂਠੀ ਸਿੱਧੀ ਹਰਕਤਾਂ ਕਰਨ ਵਾਲਾ ਲੀਟਰ ਕਰਾਰ ਦਿੱਤਾ ਉਸ ਨੂੰ ਝੂਠ ਬੋਲਣ ਵਾਲਾ ਲੀਟਰ ਕਿਹਾ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਸਿਮਰਨਜੀਤ ਸਿੰਘ ਬਰਾੜ ਨੇ ਪੇਸ਼ ਹੋਣਾ ਸੀ ਪਰ ਬਰਾੜ ਪੇਸ਼ ਨਹੀਂ ਹੋਏ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਅਕਾਲੀ ਦਲ ਨੇ ਆਪਣਾ ਫਰਮਾਨ ਜਾਰੀ ਕਰ ਦਿੱਤਾ ਖਬਰ ਲੁਧਿਆਣਾ ਤੋਂ ਜਿੱਥੇ ਜੀ ਦਮ ਤੋੜਨ ਲੱਗਾ ਡੇਂਗੂ ਦਾ ਕਹਿਰ ਚਾਰ ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪੋਜ਼ੀਟਿਵ ਮਹਾਨਗਰ ਚੂ ਡੇਂਗੂ ਦਾ ਕਹਿਰ ਹੌਨ ਦਮ ਤੋੜਦਾ ਦਿਖਾਈ ਦੇਣ ਲੱਗਾ ਜੀ ਠੰਡ ਪੈਣ ਤੋਂ ਬਾਅਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਚ ਕਾਫੀ ਕਮੀ ਦਰਜ ਕੀਤੀ ਗਈ ਹੈ ਜੀ ਪਿਛਲੇ 24 ਘੰਟੇ ਜੋ ਸਥਾਨਕ ਹਸਪਤਾਲਾਂ ਚੋਂ 11 ਮਰੀਜ਼ ਸਾਹਮਣੇ ਆਏ ਨੇ ਜਿਨ੍ਹਾਂ ਚੋਂ ਸਿਹਤ ਵਿਭਾਗ ਵੱਲੋਂ 4 ਮਰੀਜ਼ਾਂ ਦੀ डेंगू ਦੀ ਪੁਸ਼ਟੀ ਕੀਤੀ ਗਈ ਹੈ ਜੇ ਚਾਰ ਮਰੀਜ਼ਾਂ ਚੋਂ ਗਿਆ ਇੱਕ ਮਰੀਜ਼ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਤਿੰਨ ਬਾਰ ਦੇ ਬਾਹਰ ਦੇ ਜ਼ਿਲ੍ਹਿਆਂ ਨਾਲ ਸਬੰਧਤ ਹਨ ਟਾਕਾ ਚੋ ਸੜਕਾਂ ਤੇ ਉਤਰੇ ਹਜ਼ਾਰਾਂ ਲੋਕ ਪੀਐਮ ਸ਼ੇਖ ਹਜ਼ੀਨਾ ਦਾ ਮੰਗਿਆ ਅਸਤੀਫਾ ਪ੍ਰਦਰਸ਼ਨਕਾਰੀਆਂ ਨੇ ਲਾਈਆਂ ਪਾਬੰਦੀਆਂ ਦੇ ਬਾਵਜੂਦ ਉਮੜਿਆ ਲੋਕਾਂ ਦਾ ਇਕੱਠ ਬੰਗਲਾਦੇਸ਼ ਚ ਸ਼ਨੀਵਾਰ ਸਵੇਰੇ ਹੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਿਆ ਵਿਰੋਧੀ ਤਬ ਬੰਗਲਾਦੇਸ਼ नेशनेशनल लिस्ट पार्टी ਦੀ ਅਗਵਾਈ ਚ ਬੁਲਾਈ ਗਈ ਰੈਲੀ ਚ ਹਜ਼ਾਰਾਂ ਲੋਕ ਸਿੱਧਾ ਹਿੱਸਾ ਲੈ ਰਹੇ ਨੇ ਬੰਗਲਾਦੇਸ਼ ਦੀਆਂ ਵੀਡੀਓ ਰਿਪੋਰਟਾਂ ਮੁਤਾਬਕ ਟਾਕਾ ਦੇ ਸੈਦਾਬਾਦ ਦਾ ਗੋਪਾਲ ਬਾਗ ਮੈਦਾਨ ਪੀੜ ਦੇ ਨਾਲ ਖਾਚਾ ਖਾਚ ਪਰਿਆ ਹੋਇਆ ਸੀ ਲੋਕ ਲਗਾਤਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਬੀਐਨਪੀ ਮੰਗ ਕਰਦੀ ਹੈ ਕਿ ਬੰਗਲਾਦੇਸ਼ ਵਿੱਚ ਤੁਰੰਤ ਚੋਣ ਦਾ ਐਲਾਨ ਕੀਤਾ ਜਾਵੇ ਸਰਕਾਰ ਹਸੀਨਾ ਸਰਕਾਰ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਤੇ ਲਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਹੋਣਾ ਮਹੱਤਵਪੂਰਨ ਘਟਨਾ ਕਰਮ ਹੈ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਗੋਪਾਲ ਬਾਗ ਖੇਡ ਮੈਦਾਨ ਦੇ ਵਿੱਚ ਰੈਲੀ ਕੀਤੀ ਜਿੱਥੇ ਬੰਗਲਾਦੇਸ਼ ਦੀ ਰਾਜਸਥਾਨੀ ਚ ਵਧੇ ਤਣਾਅ ਦੇ ਵਿੱਚ ਕਰ ਭੀੜ ਨੇ ਸ਼ੇਖ ਹਸੀਨਾ ਵੋਟ ਚੋਰ ਹੈ ਦੇ ਨਾਅਰੇ ਲਾਏ ਤੇ ਬੰਗਲਾਦੇਸ਼ ਨੈਸ਼ਨਲਿਸਟ ਲਿਸਟ ਪਾਰਟੀ ਦੇ 7 ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਦੌਰਾਨ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਤਰੰਤਾਰਨ ਆਰ ਪੀਜੀ ਹਮਲੇ ਦੇ ਤਾਰ ਪਾਕਿਸਤਾਨ ਨਾਲ ਜੁੜੇ ਗੋਲਦੀ ਬਰਾੜ ਦੀ ਗ੍ਰਿਫਤਾਰੀ ਬਾਰੇ ਡੀਜੀਪੀ ਨੇ ਦਿੱਤਾ ਵੱਡਾ ਬਿਆਨ ਤਰੰਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਕਲਾਂ ਚੋਂ ਲੰਗੀ ਰਾਤ ਹੋਏ ਆਰ ਪੀਜੀ ਹਮਲੇ ਦੇ ਤਾਰ ਪਾਕਿਸਤਾਨ ਨਾਲ ਜੁੜ ਰਹੇ ਨੇ ਕਟਨਾਸਥਾਨ ਦੇ ਪੂਦੇ ਡੀਜੀਪੀ ਕੋਰਵ ਯਾਦਵ ਨੇ ਇਸ ਦੀ ਪੁਸ਼ਟੀ ਕਰਦੇ ਕਹੇ ਕਿ ਹਮਲਾ 11:22 ਮਿੰਟ ਤੇ ਹੋਇਆ ਰਾਕਟ ਹਾਈਵੇ ਤੋਂ ਦਾਗਿਆ ਗਿਆ ਜੋ ਥਾਣੇ ਦੇ ਮੁੱਖ ਗੇਟ ਨਾਲ ਟਕਰਾਉਣ ਤੋਂ ਬਾਅਦ ਸਾਂਝ ਕੇਂਦਰ ਦੇ ਵਿੱਚ ਜਾ ਵੜਾ ਡੀਜੀਪੀ ਨੇ ਕਿਹਾ ਕਿ ਦੋ ਮਹੀਨੇ ਤੋਂ ਪਾਕਿਸਤਾਨ ਦੀਆਂ ਡਰੋਨ ਐਕਟੀਵਿਟੀਜ਼ ਨੂੰ ਨੁਕਾਮ ਕਰਨ ਤੋਂ ਬਾਅਦ ਬੁਖਲਾਇ ਪਾਕਿਸਤਾਨ ਨੇ ਇਹ ਸਾਜ਼ਿਸ਼ ਰਚੀਆ ਡੀਜੀਪੀ ਨੇ ਦੱਸਿਆ ਕਿ ਇਹ ਮਿਲਟਰੀ ਹਥਿਆਰ ਸੀ ਤੇ ਬਾਰਡਰ ਬਾਰੋਲਿਆਂ ਦਾ ਗਿਆ ਸੀ ਇਸ ਮਾਮਲੇ 'ਚ ਯੂਏਪੀਏ ਤਹਿਤ ਪਰਚਾ ਦਰਜ ਕਰ ਲਿਆ ਗਿਆ ਜਲਦੀ ਹੀ ਇਸ ਹਮਲੇ ਦੇ ਦੋਚੇ ਸਲਾਖਾਂ ਪੇਸ਼ੀ ਹੋਣਗੇ ਇਸ ਤੋਂ ਇਲਾਵਾ ਕੁਝ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਆ ਇਸ ਹਮਲੇ ਬਿਕ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਹੋਣ ਬਾਰੇ ਚਰਚਾ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੁਸ਼ਟੀ ਕਰ ਚੁੱਕੇ ਨੇ ਅਸੀਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਕੇਂਦਰ ਦੀ ਪੰਜਾਬ ਨੂੰ ਚੇਤਾਵਨੀ ਕੋਲਾ ਸਮੁੰਦਰੀ ਰਸਤੇ ਤੋਂ ਨਾਲ ਲਿਆਉਣ ਲਿਆ ਤਾਂ ਹੋ ਜਾਵੇਗੀ ਸਪਲਾਈ ਬੰਦ ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਤਾਂ ਬਿਜਲੀ ਘਰਾਂ ਦੇ ਲਈ ਕੋਲਾ 오ਡੀਸਾ ਤੋਂ ਸਮੁੰਦਰੀ ਰਸਤੇ ਰਾਹੀਂ ਲਿਆਉਣ ਦਾ ਫਰਮਾਨ ਜਾਰੀ ਕੀਤਾ ਕੇਂਦਰ ਦੇ ਇਹਨਾਂ ਨਿਰਦੇਸ਼ਾਂ ਨਾਲ ਕੋਲਾ ਲਿਆਉਣ ਵਿੱਚ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸਮਾਂ ਲੱਗੇਗਾ ਆਵਾਜਾਈ ਖਰਚਾ ਵਧਣ ਦੇ ਆਸਾਰ ਨੇ ਇਹਨਾਂ ਨੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਸੰਬੰਧੀ ਚੇਤਾਵਨੀ ਦਿੱਤੀ ਹੈ ਜੇਕਰ ਸੂਬੇ ਨੇ ਸਮੁੰਦਰੀ ਰਸਤੇ ਤੋਂ ਕੋਲਾ ਨਾਲ ਲਿਆ ਤਾਂ ਪੰਜਾਬ ਨੂੰ ਕੋਲੇ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ 16 ਨਵੰਬਰ ਨੂੰ ਹੋਈ ਇੱਕ ਮੀਟਿੰਗ ਦੇ ਵਿੱਚ ਕੇਂਦਰੀ ਊਰਜਾ ਮੰਤਰਾਲੇ ਦੇ ਸਕੱਤਰ ਹੇਠ ਹੋਈ ਸੀ ਜਿਸ ਤੋਂ ਇਹ ਫੈਸਲਾ ਲਿਆ ਗਿਆ ਮੀਟਿੰਗ ਤੋਂ ਬਾਅਦ 30 ਨਵੰਬਰ ਨੂੰ ਕੇਂਦਰੀ ਊਰਜਾ ਮੰਤਰਾਲੇ ਨੇ ਸੰਯੁਕਤ ਸਕੱਤਰ ਨੇ ਪੰਜਾਬ ਨੂੰ ਪੱਤਰ ਲਿਖ ਕੇ ਸੂਬੇ ਨੂੰ ਨਵੇਂ ਫਰਮਾਨ ਸਬੰਧੀ ਜਾਣਕਾਰੀ ਦਿੱਤੀ ਕੇਂਦਰ ਵੱਲੋਂ ਜਾਰੀ ਕੀਤੇ ਗਏ ਫਰਮਾਨ ਮੁਤਾਬਕ ਕੋਲਾ ਪਾਰਾ ਦੀਪ بندرਗਾਹ ਤੋਂ वाया ਰੇਲ ਮਾਰਗ ਪਹੁੰਚੇਗਾ ਪੰਜਾਬ ਗੁਆਣੀ ਇਸ ਸੂਬੇ ਦੇ ਲੋਕ ਸਭ ਤੋਂ ਵੱਧ ਪੀਂਦੇ ਨੇ ਸ਼ਰਾਬ ਪੰਜਾਬ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਸ਼ਰਾਬ ਪਿਆਦੇ ਨੇ ਉਹ ਰੋਜ਼ਾਨਾ ਸ਼ਰਾਬ ਪੀਂਦੇ ਨੇ ਜਦ ਕਿ ਕੁਝ ਲੋਕ ਕਦੇ-ਕਦੇ ਹੀ ਸ਼ਰਾਬ ਪੀਂਦੇ ਨੇ ਹਾਲਾਂਕਿ ਦੇਸ਼ ਦੇ ਹਰ ਕੋਨੇ ਵਿੱਚ ਵਾਈਨ ਪ੍ਰੇਮੀਆਂ ਜੇਕਰ ਸ਼ਰਾਬ ਪੀਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਦੇਸ਼ 'ਚੋਂ ਸ਼ਰਾਬ ਪੀਂਦੇ ਨੇ ਸੋ ਇਹਨਾਂ ਰਾਜਾਂ ਦੀ ਗਿਣਤੀ ਵੱਖਰੀ-ਵੱਖਰੀ ਕੀਤੀ ਗਈ ਹੈ ਜੀ ਆਰਟੀਕਲ ਦੇ ਜ਼ਰੀਏ ਤੁਹਾਨੂੰ ਦੱਸਾਂਗੇ ਸਭ ਤੋਂ ਵੱਧ ਜਿਹੜੇ ਰਾਜ ਦੇ ਵਿੱਚ ਸ਼ਰਾਬ ਪੀਤੀ ਜਾਂਦੀ ਹੈ ਜੇ 16 ਕਰੋੜ ਲੋਕ ਕਰੋ ਜਾਨਾ ਸ਼ਰਾਬ ਦਾ ਸੇਵਨ ਕਰਦੇ ਨੇ 95 ਫੀਸਦੀ 18 ਤੋਂ 49 ਸਾਲ ਦੀ ਉਮਰ ਦੇ ਮਰਦ ਨੇ ਸਭ ਤੋਂ ਵੱਧ ਜੀ ਪੰਜ ਰਾਜਾਂ ਦੇ ਵਿੱਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕਰਨਾਟਕਾ ਤੇ ਕੇਰਲ ਸ਼ਾਮਲ ਨੇ ਸੋ ਸਭ ਤੋਂ ਵੱਧ ਰਪੀਣ ਵਾਲੇ ਰਾਜਾਂ ਛਤੀਸਗੜ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ 3 ਕਰੋੜ ਦੀ ਆਬਾਦੀ ਵਾਲੇ ਸੂਬੇ ਛਤੀਸਗੜ ਦੇ 36% ਲੋਕ ਸ਼ਰਾਬ ਦਾ ਸੇਵਨ ਕਰਦੇ ਨੇ ਪੰਜਾਬ ਇਸ ਸੂਚੀ ਦੇ ਵਿੱਚ ਚੌਥੇ ਨੰਬਰ ਤੇ 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ 28.2% ਲੋਕ ਸ਼ਰਾਬ ਦਾ ਸੇਵਨ ਕਰਦੇ ਨੇ ਇਸ ਦੇਸ਼ ਦਾ ਪਾਸਪੋਰਟ ਹੈ ਦੁਨੀਆ ਦਾ ਸਭ ਤੋਂ ਤਾਕਤਵਾਰ ਸੁਬੜੀ ਖਬਰ ਹੈ ਜੀ ਦੁਨੀਆ ਦਾ ਸਭ ਤੋਂ ਤਾਕਤਵਾਰ ਪਾਸਪੋਰਟ ਗੱਲ ਕਰੀਏ ਤਾਂ ਜੀ ਜਾਪਾਨ ਦਾ ਪਾਸਪੋਰਟ ਇਸ ਪਾਸਪੋਰਟ ਰਾਹੀਂ ਤੁਸੀਂ 193 ਦੇਸ਼ਾਂ ਵਿੱਚ ਬਿਨਾ ਵੀਜ਼ਾ ਦੇ ਜਾ ਸਕਦੇ ਹੋ ਦੂਜੇ ਨੰਬਰ ਤੇ ਜੀ ਸਿੰਗਾਪੁਰ ਤੇ ਦੱਖਣੀ ਕੋਰੀਆ ਦਾ ਤੀਜੇ ਨੰਬਰ ਤੇ ਜਰਮਨੀ ਤੇ ਸਪੇਨ ਚੌਥੇ ਤੇ ਫਿਨਲੈਂਡ ਤੇ ਪੰਜਵੇਂ ਤੇ ਇਟਲੀ ਤੇ ਲਕਸ਼ਬਰਗ ਵਰਗੇ ਦੇਸ਼ਾਂ ਦੇ ਪਾਸਪੋਰਟਾਂ ਦਾ ਨਾਮ ਸ਼ਾਮਲ ਹੈ ਬਾਜਪਾ ਨੇ ਖੋਏ ਕਾਂਗਰਸ ਦੇ 14 ਚੋਂ 9 ਗੜ ਆਪ ਨੇ ਵੀ ਕੀਤਾ ਵੱਡਾ ਨੁਕਸਾਨ ਕਦੇ ਨਾ ਹਾਰਨ ਵਾਲੀਆਂ ਸੀਟਾਂ ਵੀ ਗਵਾ ਬੈਠੀ ਕਾਂਗਰਸ ਪਾਰਟੀ ਸੋ ਜਦੋਂ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਆਪਣੇ ਆਪ ਨੂੰ ਮਜ਼ਬੂਤ ਕਰਦਾ ਹੈ ਪਰ ਗੁਜਰਾਤ ਦੀ ਤਸਵੀਰ ਇਸ ਤੋਂ ਵੱਖਰੀ ਹੈ ਜੀ ਕਾਂਗਰਸ ਹਰ ਵਾਰ ਹਾਰਨ ਤੋਂ ਬਾਅਦ ਵੀ ਕਮਜ਼ੋਰ ਹੁੰਦੀ ਆ ਰਹੀ ਹੈ ਸੋ ਗੁਜਰਾਤ ਦੇ ਵਿੱਚ ਹਾਰ ਕਾਂਗਰਸ ਨੂੰ ਲਈ ਪਿਛਲੀਆਂ ਕਈ ਹਾਰਾਂ ਤੋਂ ਵੀ ਮਾੜੀ ਹਾਰ ਹੈ ਪਾਰਟੀ ਸਿਰਫ 17 ਸੀਟਾਂ ਹੀ ਜਿੱਤ ਸਕੀ ਆ ਵੱਡੀ ਗੱਲ ਇਹ ਹੈ ਕਿ ਭਾਜਪਾ ਨੇ ਕਾਂਗਰਸ ਦੇ 14 ਗੜਾਂ ਦੇ ਵਿੱਚੋਂ 9 ਸੀਟਾਂ ਤੇ ਦਰਦ ਜਿੱਤ ਕੀਤੀ ਹੈ ਜਿੱਥੇ ਪਾਰਟੀ ਕਦੇ ਹਾਰੀ ਨਹੀਂ ਸੀ ਸੂਬੇ ਦੇ ਵਿੱਚ ਗੈਂਗਸਟਰ ਰਾਜ ਹੈ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਹੈ ਜੀ ਮੁੱਖ ਮੰਤਰੀ ਜੀ ਪੰਜਾਬ ਦੇ ਲੋਕਾਂ ਨਾਲ ਹੁਣ ਕਮੇਟੀ ਕਰਨੀ ਬੰਦ ਕਰ ਦਿਓ ਸੂਬੇ ਦੇ ਜੋ ਹਾਲਾਤ ਅੱਜ ਨੇ ਉਸ ਨੂੰ ਦੇਖ ਕੇ ਲੋਕ ਡਰ ਅਤੇ ਪੈ ਮਹਿਸੂਸ ਕਰ ਰਹੇ ਹਨ ਸੂਬਾ ਲਵਾਰਸ ਛੱਡ ਕੇ ਹੋਰਨਾਂ ਸੂਬਿਆਂ ਵਿੱਚ ਜਾ ਕੇ ਉੱਥੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹੋ ਸਾਬਕਾ ਕੇਂਦਰੀ ਮੰਤਰੀ ਅਤੇ ਇਸ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਬੁੱਢ ਲਾਡਾ ਵੀ ਕਿਹਾ ਕਾਕਾ ਮਰਿੰਦਰ ਸਿੰਘ ਦਾਤੇਵਸ ਦੇ ਗ੍ਰਹਿ ਵਿੱਚ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਬਾਦਲਾਂ ਬਾ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਜਦੂ ਮੂਸੇਵਾਲਾ ਦੇ ਕਤਲ ਲਈ ਅਸਲਾ ਸਪਲਾਈ ਕਰਨ ਵਾਲੇ ਨੂੰ ਕੀਤਾ ਗਿਆ ਗ੍ਰਫਤਾਰ ਇਲਜ਼ਾਮਾ ਦੇ ਵਿੱਚ ਬੁਲੰਦ ਸ਼ਹਿਰ ਤੋਂ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਜੀ ਐਨਆਈ ਦੀ ਟੀਮ ਨੇ ਯੂਪੀ ਦੇ ਬੁਲੰਦ ਸ਼ਹਿਰ ਵਿੱਚ ਛਾਪਾ ਮਾਰ ਕੇ ਹਥਿਆਰਾਂ ਦੇ ਸਪਲਾਈਰ ਮੁਹੰਮਦ ਸ਼ਾਬਾਜ਼ ਅंसारी ਨੂੰ ਗ੍ਰਫਤਾਰ ਕਰ ਲਿਆ ਹੈ। ਮੂਸੇਵਾਲਾ ਦੇ ਕਾਤਲ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਲਈ ਮਜਬੂਰ ਪਿਤਾ ਦਾ ਚੜ੍ਹ ਗਿਆ ਦਰਦ ਸ਼ਾਹਬਾਜ਼ ਦਾ ਸੰਬੰਧ ਲਾਰੈਂਸ ਗੈਂਗ ਨਾਲ ਦੱਸਿਆ ਜਾਂਦਾ ਹੈ ਸੋ ਐਨਆਈ ਨੇ ਜਾਂਚ ਦੇ ਵਿੱਚ ਗ੍ਰਿਫਤਾਰ ਸ਼ਾਹਬਾਸ਼ ਬਾਰੇ ਵੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਨੇ ਇਸ ਮਾਮਲੇ 'ਚ ਸ਼ਾਹਬਾਜ਼ ਅਨਸਾਰੀ ਸਮੇਤ ਕੁੱਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਅਤੇ ਗੋਲਾ ਬਰੂਦ ਦੀ ਸਪਲਾਈ ਇਸਤੇ ਵੱਲੋਂ ਕੀਤੀ ਜਾਂਦੀ ਸੀ ਪੁਸ਼ਟੀ ਕੀਤੀ ਗਈ ਕਿ ਖਥਿਆਰ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਲਈ ਜੋ ਵਰਤੇ ਗਏ ਹਨ ਉਹ ਵੀ ਇਸ ਨੇ ਦਿੱਤੇ ਹਨ ਦਿਵਿਆਂਗ ਕਰਮਚਾਰੀਆਂ ਨੂੰ ਮਿਲੇਗਾ 1000 ਰੁਪਏ ਮਹੀਨੇ ਦਾ ਪੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਮਨਜ਼ੂਰੀ ਇਸ ਫੈਸਲੇ ਨਾਲ 11000 ਦਿਵਿਆਂਗ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਪਿਛਲੇ ਹਫਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਸਬੰਧੀ ਲਾਈ ਫੈਸਲੇ ਦਾ ਐਲਾਨ ਕੀਤਾ ਜਿਸ ਨੂੰ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਪ੍ਰਵਾਨਗੀ ਮਿਲ ਗਈ ਹੈ। ਦਲੀਏਰਪੁਰ ਜਾਣ ਵਾਲਿਆਂ ਲਈ ਜ਼ਰੂਰੀ ਖਬਰ 에ਅਰਲਾਈਨਜ਼ ਨੇ ਨਵੀਆਂ ਕੀਤੀਆਂ ਜਾਰੀ ਗਾਈਡਲਾਈਨਸ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। 2 ਘੰਟੇ ਪਹਿਲਾਂ ਤੋਂ ਤੇ ਵਿਦੇਸ਼ੀ ਉਡਾਨਾਂ ਲਈ ਸਾਢੇ 3 ਘੰਟੇ ਪਹਿਲਾਂ 에ਅਰਪੋਰਟ ਤੇ ਪਹੁੰਚਣਾ ਬਹੁਤ ਜ਼ਰੂਰੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਮੋਦੀ ਦੀ ਮੁੱਖ ਮੰਤਰੀਆਂ ਨਾਲ ਮੀਟਿੰਗ 'ਚ ਮਮਤਾ ਬੇਨਰਜੀ ਨੂੰ ਮਿਲ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੂੰ ਭਾਰਤ ਦੀ ਜੀ20 ਪ੍ਰਧਾਨਗੀ ਵਾਲੇ ਵੱਖ-ਵੱਖ ਪਹਿਲਵਾਂ 'ਚ ਚਰਚਾ ਕਰਨ ਲਈ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਰਾਜਪਾਲਾਂ ਤੇ ਮੁੱਖ ਮੰਤਰੀਆਂ ਤੇ ਉਪ ਰਾਜਪਾਲਾਂ ਦੀ ਵਰਚੁਅਲ ਮੀਟਿੰਗ ਦੇ ਵਿੱਚ ਬੋਲਣ ਦਾ ਮੌਕਾ ਨਹੀਂ ਮਿਲਿਆ ਇੱਕ ਸੀਨੀਅਰ ਅਧਿਕਾਰੀ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ ਤਰਨਤਾਰਨ ਆਰ ਪੀਜੀ ਅਟੈਕ ਤੋਂ ਪੁਲਿਸ ਦੀ ਵੱਡੀ ਕਾਰਵਾਈ ਹੈ ਜੀ ਸੱਤ ਸ਼ੱਕੀਆਂ ਨੂੰ ਰਾਉਂਡ ਅਪ ਕੀਤਾ ਬਰੀਕੀ ਦੇ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਸਾਈਬਰ ਸੈੱਲ ਨੇ ਡਾਟਾ ਦੀ ਖੋਦਾਈ ਸ਼ੁਰੂ ਕਰ ਦਿੱਤੀ ਹੈ ਸਾਈਬਰ ਸੈੱਲ ਵੱਲੋਂ ਰਾਤ 10 ਤੋਂ 12 ਵਜੇ ਤੱਕ ਡਾਟਾ ਇਕੱਠਾ ਕੀਤਾ ਗਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਹਾਲੀ ਵੀ ਹਰ ਮੈਚ ਤੋਂ ਸੈਂਕੜਾ ਨਹੀਂ ਲਾਉਂਦਾ ਗੁਜਰਾਤ ਸੂਨਾ ਜੋ ਆਪ ਦੀ ਹਾਰ ਤੇ ਬੋਲੇ ਸੀਐਮ ਭਗਵੰਤ ਮਾਨ ਬੀਜੇਪੀ ਦੇ ਨਵੇਂ ਸੂਬਾ ਮੀਤ ਪ੍ਰਧਾਨ ਤੇ ਕਿਸਾਨ ਵਿੰਗ ਦੇ ਪ੍ਰਧਾਨ ਤਖਤ ਜਿਹੜੀ 담दमਾ ਸਾਹਿਬ ਵਿੱਚ ਹੋਏ ਨਾਤਮਸਤਕ ਭਾਰਤੀ ਜਨਤਾ ਪਾਰਟੀ ਵੱਲੋਂ ਦਿਆਲ ਸਿੰਘ ਸੋਢੀ ਨੂੰ ਸੂਬਾ ਮੀਤ ਪ੍ਰਧਾਨ ਤੇ ਦਰਸ਼ਨ ਸਿੰਘ ਨਾਨੇਵਾਲ ਨੂੰ ਬੀਜੇਪੀ ਕਿਸਾਨ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਗੱਲਬਾਤ ਕਰਦਿਆਂ ਸੋਢੀ ਨੇ ਪਾਰਟੀ ਵੱਲੋਂ ਦਿੱਤੇ ਸਨਮਾਨ ਦੇ ਉੱਤੇ ਪਾਰਟੀ ਦਾ ਧੰਨਵਾਦ ਕੀਤਾ ਦਿਨ ਰਾਤ ਇੱਕ ਕਰਕੇ ਸੇਵਾ ਕਰਨ ਦਾ ਵੱਡਾ ਐਲਾਨ ਕੀਤਾ ਪੁਲਤਾਰ ਸਿੰਘ ਸੰਧਵਾ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਇਆ ਧੱਕਾਮੁਕੀ ਹਲਕਾ ਵੀ ਲਾਠੀ ਚਾਰਜ ਪੰਜਾਬ ਚ ਵਿਗੜੀ ਕਾਨੂੰਨ ਵਿਵਸਥਾ ਤੇ ਡੀਜੀਪੀ ਗੌਰਵ ਯਾਦ ਦਾ ਵੱਡਾ ਬਿਆਨ ਨਸ਼ਾ ਸਮਕਲਰਾਂ ਸੰਬੰਧੀਆਂ ਆਕੀ ਵੱਡੀਆਂ ਗੱਲਾਂ ਗੁਜਰਾਤ ਭਾਤਪਾ ਵਿਧਾਇਕਦਲ ਦੇ ਨੇਤਾ ਚੁਣੇ ਗਏ ਭੁਪਿੰਦਰ ਪਟੇਲ ਬਣੇ ਰਹਿਣਗੇ ਮੁੱਖ ਮੰਤਰੀ ਪਾਰਟੀ ਦੇ ਸੂਬਾ ਹੈੱਡਕੁਆਰਟਰ ਚ ਹੋਈ ਮੀਟਿੰਗ ਚ ਪਟੇਲ ਨੂੰ ਸਰਬਸੰਮਤੀ ਨਾਲ ਵਿਧਾਇਕਦਲ ਦਾ ਨੇਤਾ ਲਾਣ ਦਿੱਤਾ ਗਿਆ ਯੋਗੀ ਦੀ ਬਦਮਾਸ਼ਾਂ ਨੂੰ ਚੇਤਾਵਨੀ ਹੁਣ 3 ਪੈਣ ਨੂੰ ਛੇੜਿਆ ਤਾਂ ਸਿੱਧਾ ਇਨਕਾਊਂਟਰ ਹੋਵੇਗਾ ਕਾਂਗਰਸੀ ਆਗੂ ਤੇ ਲੱਗੇ ਭਾਰਤ ਤੋੜਨ ਦੇ ਇਲਜ਼ਾਮ ਕਾਂਗਰਸੀ ਪੰਜੇ ਦੀ ਕੀਤੀ ਬਾਬੇ ਨਾਨਕ ਦੇ ਪੰਜੇ ਨਾਲ ਤੁਲਨਾ ਕੇਂਦਰ ਦੀ ਪੰਜਾਬ ਨੂੰ ਚੇਤਾਵਨੀ ਕੋਲਾ ਸਮੁੰਦਰੀ ਰਸਤੇ ਲਾਓ ਨਹੀਂ ਤਾਂ ਬਿਜਲੀ ਤੋਂ ਹੱਥ ਧੋ ਕੇ ਬਹੋਗੇ ਡੀਜੀਪੀ ਦੇ ਚੇਤਾਵਨੀ ਤੋਂ ਬਾਅਦ ਵੀ ਨਹੀਂ ਸੁਧਰੇ ਲੋਕ ਸਟੇਟਸ ਤੇ ਹਥਿਆਰਾਂ ਨਾਲ ਅਪਲੋਡ ਕਰ ਰਹੇ ਨੇ ਤਸਵੀਰਾਂ ਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਧੰਨਵਾਦ